ਪਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਮਣ ਤੇ ਮੂਸਨ ਦੋਵੇਂ ਪਿਓ ਪੁੱਤ ਸਨ ਤੇ ਸ਼ਾਹਬਾਜ਼ਪੁਰ ਦੇ ਰਹਿਣ ਵਾਲੇ ਸਨ ਸੰਮਣ ਪੁੱਤਰ ਸੀ ਤੇ ਮੂਸਣ ਉਸ ਦਾ ਪਿਤਾ ਸੀ ਇਹ ਦੋਵੇਂ ਬਹੁਤ ਗਰੀਬ ਸਨ ਗਰੀਬੀ ਕਾਰਨ ਇਹ ਦੋਵੇਂ ਲਾਹੌਰ ਵਿੱਚ ਇੱਕ ਸ਼ਾਹੂਕਾਰ ਦੇ ਘਰ ਨੌਕਰ ਬਣ ਕੇ ਰਹਿੰਦੇ ਸਨ ਇਹ ਆਪਣੀ ਤਨਖਾਹ ਸ਼ਾਹੂਕਾਰ ਦੇ ਕੋਲ ਜਮ੍ਹਾਂ ਕਰਾ ਕੇ ਰੱਖਦੇ ਸਨ ਲੋੜ ਅਨੁਸਾਰ ਵਰਤਨਯੋਗਾ ਤਨ ਉਹਨਾਂ ਤੋਂ ਲੈ ਲੈਂਦੇ ਸਨ ਹੌਲੀ-ਹੌਲੀ ਇਹਨਾਂ ਦਾ ਸ਼ਾਹੂਕਾਰ ਕੋਲ 500 ਰੁਪਈਆ ਜਮ੍ਹਾਂ ਹੋ ਗਿਆ ਇਹ ਦੋਵੇਂ ਪਿਓ ਪੁੱਤ ਤਾਨਸ਼ੀਰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਅਨੰਨ ਸੇਵਕ ਸਨ ਜਿਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਵਿੱਚ ਗਏ ਸਨ ਉਦੋਂ ਇਹਨਾਂ ਦੋਨਾਂ ਨੇ ਸਲਾਹ ਕੀਤੀ ਕਿ ਅਸੀਂ ਵੀ ਸਤਗੁਰਾਂ ਅਤੇ ਸੰਗਤਾਂ ਨੂੰ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਛਕਾਉਣਾ ਕਰੀਏ ਇਸ ਪ੍ਰਕਾਰ ਇਹਨਾਂ ਨੇ ਸਲਾਹ ਕਰਕੇ ਸ਼ਾਹੂਕਾਰ ਨੂੰ ਕਿਹਾ ਕਿ ਤੇਰੇ ਕੋਲ 550 ਰੁਪਏ ਜਮ੍ਹਾਂ ਹੋ ਗਏ ਹਨ ਅਸੀਂ ਸਤਗੁਰਾਂ ਦੇ ਲਈ ਲੰਗਰ ਲਗਾਉਣਾ ਚਾਹੁੰਦੇ ਹਾਂ ਇਸ ਲਈ ਸਾਨੂੰ ਇਹਨਾਂ ਰੁਪਈਆਂ ਦੀ ਜ਼ਰੂਰਤ ਹੈ। ਸ਼ਾਹੂਗਰ ਨੇ ਅਗੋਂ ਕਿਹਾ ਕਿ ਇਹ ਤੁਹਾਡੀ ਹੀ ਹਮਾਰਤ ਹੈ ਜਦੋਂ ਦਿਲ ਕਰੇ ਲੈ ਲੈਣਾ। ਦੋਵੇਂ ਪਿਓ ਪੁੱਤਰ ਫਿਰ ਸਤਗੁਰਾਂ ਦੇ ਦਰਸ਼ਨ ਕਰਨ ਲਈ ਉੱਥੋਂ ਚਲੇ ਗਏ। ਯਥਾ ਸ਼ਕਤ ਭੇਟਾ ਰੱਖ ਕੇ ਉਹਨਾਂ ਨੇ ਨਮਸਕਾਰ ਕੀਤੀ ਤੇ ਲੰਗਰ ਛਕਣ ਲਈ ਸਤਗੁਰੂ ਜੀ ਦੇ ਪਾਸ ਬੇਨਤੀ ਕੀਤੀ। ਸਤਗੁਰਾਂ ਨੇ ਇਹਨਾਂ ਦਾ ਪ੍ਰੇਮ ਦੇਖ ਕੇ ਇਹਨਾਂ ਦੀ ਬੇਨਤੀ ਪ੍ਰਵਾਨ ਕਰ ਲਈ। ਗੁਰੂ ਜੀ ਦੀ ਪ੍ਰਵਾਨਗੀ ਤੋਂ ਬਾਅਦ ਇਹ ਬਹੁਤ ਖੁਸ਼ ਹੋਏ ਤੇ ਵਾਪਸ ਆ ਕੇ ਕੁਝ ਪ੍ਰੇਮੀ ਸਿੱਖਾਂ ਨੂੰ ਮਠਿਆਈ ਬਣਾਉਣ ਲਈ ਕਹਿ ਦਿੱਤਾ। ਉਧਰ ਸ਼ਾਹੂਕਾਰ ਨੂੰ ਚੰਦੂ ਦੇ ਮਿੱਤਰ ਨੇ ਕਹਿ ਦਿੱਤਾ ਕਿ ਕੀ ਤੈਨੂੰ ਪਤਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਚੰਦੂ ਦਾ ਰਿਸ਼ਤਾ ਮੋੜ ਦਿੱਤਾ ਸੀ ਤੇ ਇਹ ਸਿੱਖ ਉਸ ਗੁਰੂ ਦੇ ਲਈ ਲੰਗਰ ਤਿਆਰ ਕਰਨ ਲੱਗੇ ਹਨ। ਜੇਕਰ ਤੂੰ ਇਹਨਾਂ ਨੂੰ ਪੈਸੇ ਦਿੱਤੇ ਤੇ ਜੇ ਚੰਦੂ ਨੂੰ ਪਤਾ ਲੱਗ ਗਿਆ ਉਹ ਤੈਨੂੰ ਬੜੀ ਸਜ਼ਾ ਦੇਵੇਗਾ ਅਗੋਂ ਸ਼ਾਹੂਕਾਰ ਨੇ ਕਿਹਾ ਕਿ ਇਹ ਅਮਨ ਤਾਂ ਉਹਨਾਂ ਦੀ ਹੀ ਹੈ ਚੰਦੂ ਦੇ ਮਿੱਤਰ ਨੇ ਕਿਹਾ ਕਿ ਕੋਈ ਬਹਾਨਾ ਲਗਾ ਦੇ ਇਸ ਨਾਲ ਤੂੰ ਸਜ਼ਾ ਤੋਂ ਬਚ ਜਾਏਗਾ ਇਹ ਸੁਣ ਕੇ ਸ਼ਾਹੂਕਾਰ ਬਹੁਤ ਸਹਿਮ ਗਿਆ ਜਦੋਂ ਉਹ ਦੋਵੇਂ ਪਿਓ ਪੁੱਤ ਆਪਣਾ ਪੈਸਾ ਲੈਣ ਲਈ ਆਏ ਤਾਂ ਉਸ ਨੇ ਸਾਫ਼ ਇਨਕਾਰ ਕਰ ਦਿੱਤਾ ਜਦੋਂ ਸ਼ਾਹੂਕਾਰ ਨੇ ਸਾਫ਼ ਇਨਕਾਰ ਕਰ ਦਿੱਤਾ ਤਾਂ ਦੋਵੇਂ ਪਿਓ ਪੁੱਤ ਘਰ ਵਾਪਸ ਆ ਗਏ ਤੇ ਬੜੇ ਹੈਰਾਨ ਜਿਹੇ ਹੋ ਕੇ ਸੋਚਣ ਲੱਗੇ ਕਿ ਹੁਣ ਅਸੀਂ ਕੀ ਕਰਾਂਗੇ ਸਵੇਰੇ ਸਤਿਗੁਰੂ ਜੀ ਘਰ ਵਿੱਚ ਆਉਣਗੇ ਤੇ ਅਸੀਂ ਪੈਸਿਆਂ ਤੋਂ ਬਿਨਾ ਲੰਗਰ ਪ੍ਰਸ਼ਾਦ ਦਾ ਸਮਾਨ ਕਿਵੇਂ ਲੈ ਕੇ ਆਵਾਂਗੇ ਇਹ ਤਾਂ ਬੜਾ ਮਾੜਾ ਕੰਮ ਹੋ ਗਿਆ ਸਾਡੀ ਗਰੀਬੀ ਦੇਖ ਕੇ ਇਨਾ ਸਾਮਾਨ ਕਿਸੇ ਨੇ ਉਧਾਰ ਵੀ ਨਹੀਂ ਦੇਣਾ ਹੁਣ ਕੀ ਕਰੀਏ ਉਸ ਵੇਲੇ ਸੰਮਨ ਨੇ ਕਿਹਾ ਕਿ ਮੈਂ ਰਾਤ ਨੂੰ ਸ਼ਾਹਕਾਰ ਦੀ ਦੁਕਾਨ ਤੋਂ ਆਪਣੇ ਪੈਸੇ ਚੁੱਕ ਲਿਆਵਾਂਗਾ ਅੱਗੋਂ ਮੂਸਾ ਨੇ ਕਿਹਾ ਕਿ ਪੁੱਤਰ ਇਹ ਚੋਰੀ ਹੋ ਜਾਏਗੀ ਅੱਗੋਂ ਫੇਰ ਸੰਮਨ ਨੇ ਕਿਹਾ ਕਿ ਪਿਤਾ ਜੀ ਅਸੀਂ ਆਪਣਾ ਹੱਕ ਦਾ ਧਨ ਹੀ ਲੈ ਕੇ ਆਉਣਾ ਹੈ ਹੱਕ ਲੈਣਾ ਚੋਰੀ ਨਹੀਂ ਹੁੰਦੀ ਇੰਉਂ ਸਲਾਹ ਕਰਕੇ ਇਹ ਦੋਵੇਂ ਰਾਤ ਨੂੰ ਉਸ ਸ਼ਾਹੂਕਾਰ ਦੀ ਦੁਕਾਨ ਕੋਲ ਪਹੁੰਚੇ ਤੇ ਸੰਮਨ ਛੱਤ ਦੇ ਮੋਗੇ ਰਾਹੀਂ ਹੇਠਾਂ ਉਤਰ ਗਿਆ। ਉਥੋਂ 500 ਰੁਪਏ ਵਾਲੀ ਥੈਲੀ ਚੁੱਕ ਕੇ ਉਸਨੇ ਆਪਣੇ ਪਿਤਾ ਜੀ ਨੂੰ ਫੜਾ ਦਿੱਤੀ ਤੇ ਖੁਸ਼ੀ ਨਾਲ ਜਦੋਂ ਉੱਪਰ ਚੜ੍ਹਨ ਲੱਗਾ ਤਾਂ ਮੋਗੇ ਰਾਹੀਂ ਕੱਲਾ ਸਿਰ ਹੀ ਬਾਹਰ ਨਿਕਲਿਆ, ਬਾਕੀ ਸਾਰਾ ਸਰੀਰ ਮੋਗੇ ਰਾਹੀਂ ਬਾਹਰ ਨਾ ਆਵੇ। ਉਦੋਂ ਸੰਮਨ ਨੇ ਕਿਹਾ ਕਿ ਪਿਤਾ ਜੀ ਸਵੇਰ ਦਾ ਸਮਾਂ ਹੋਣ ਵਾਲਾ ਹੈ। ਜੇਕਰ ਕਿਸੇ ਨੇ ਦੇਖ ਲਿਆ ਤਾਂ ਲੋਕ ਕਹਿਣਗੇ ਕਿ ਗੁਰੂ ਦੇ ਸਿੱਖ ਚੋਰ ਹਨ ਇਸ ਲਈ ਤੁਸੀਂ ਮੇਰਾ ਸਿਰ ਕੱਟ ਕੇ ਲੈ ਜਾਓ ਤੇ 사ਤਗੁਰਾਂ ਦੇ ਲਈ ਲੰਗਰ ਤਿਆਰ ਕਰਵਾਓ ਸ਼ਾਇਦ ਪਰਮਾਤਮਾ ਨੂੰ ਇਹੋ ਹੀ ਪਾਉਂਦਾ ਹੋਵੇਗਾ ਪਰ ਮੂਸਨ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅੱਗੋਂ ਸੰਮਨ ਨੇ ਕਿਹਾ ਕਿ ਜੇਕਰ ਅਸੀਂ 모ਗਾ ਪੰਨਿਆ ਤਾਂ ਖੜਕੇ ਨਾਲ ਲੋਕ ਜਾਗ ਪੈਣਗੇ ਤੇ ਸਾਨੂੰ ਫੜ ਕੇ ਕੋਤਵਾਲ ਕੋਲ ਭੇਜ ਦੇਣਗੇ ਇਸ ਲਈ ਸਤਿਗੁਰਾਂ ਦੀ ਸੇਵਾ ਦਾ ਇਹ ਸੁਭਾਗ ਸਮਾਂ ਹੱਥੋਂ ਨਾ ਗਵਾਓ ਤੁਸੀਂ ਮੇਰਾ ਸਿਰ ਕੱਟ ਕੇ ਲੈ ਜਾਓ ਅਖੀਰ ਮੂਸਨ ਨੇ ਆਪਣੇ ਪੁੱਤਰ ਦਾ ਸਿਰ ਕਰਪਾਨ ਦੇ ਵਾਰ ਨਾਲ ਕੱਟ ਲਿਆ ਤੇ ਘਰ ਵਿੱਚ ਜਾ ਕੇ ਪਿਛਲੇ ਕਮਰੇ ਵਿੱਚ ਮੰਜੇ ਉੱਪਰ ਰੱਖ ਦਿੱਤਾ ਤੇ ਉੱਪਰ ਕੱਪੜੇ ਪਾ ਦਿੱਤੇ ਜਦੋਂ ਦਿਨ ਚੜ੍ਹਿਆ ਤਾਂ ਆਪ ਬਾਹਰ ਸਮਾਨ ਖਰੀਦਣ ਵਾਸਤੇ ਚਲਾ ਗਿਆ ਉਧਰ ਜਦੋਂ ਸ਼ਾਹੂਕਾਰ ਦੁਕਾਨ ਖੋਲ ਕੇ ਅੰਦਰ ਵੜਿਆ ਤਾਂ ਸਿਰ ਤੋਂ ਬਿਨਾ ਲਾਸ਼ ਦੇਖ ਕੇ ਬਹੁਤ ਘਬਰਾਇਆ ਕਿ ਜੇਕਰ ਕਿਸੇ ਨੂੰ ਪਤਾ ਲੱਗ ਗਿਆ ਤਾਂ ਇਸ ਦੇ ਕਤਲ ਦਾ ਇਲਜ਼ਾਮ ਮੇਰੇ ਉੱਪਰ ਆ ਜਾਏਗਾ ਉਸਨੇ ਸੋਚਿਆ ਕਿ ਇਹ ਮੇਰੀ ਕਰਨੀ ਦਾ ਫਲ ਹੀ ਮੈਨੂੰ ਮਿਲਿਆ ਹੈ ਜੇਕਰ ਮੈਂ ਉਹਨਾਂ ਸਿੱਖਾ ਦੇ ਪੈਸੇ ਦੇ ਦਿੰਦਾ ਤਾਂ ਸ਼ਾਇਦ ਇਹ ਘਟਨਾ ਨਾ ਵਾਪਰਦੀ ਇਹੋਂ ਸੋਚਿਆ ਹੋ ਮੂਸਨ ਦੇ ਘਰ ਵੱਲ ਦੌੜਿਆ ਗਿਆ ਉਧਰੋਂ ਮੂਸਨ ਸਮਾਨ ਖਰੀਦ ਕੇ ਘਰ ਵਾਪਸ ਆ ਰਿਹਾ ਸੀ ਇਹ ਸ਼ਾਹੂਕਾਰ ਉਸਦੇ ਪੈਰੀ ਪੈ ਗਿਆ ਤੇ ਬੇਨਤੀ ਕਰਨ ਲੱਗਾ ਕਿ ਮੈਂ ਤੁਹਾਡੇ ਨਾਲ ਧੋਖਾ ਕੀਤਾ ਹੈ ਜਿਸ ਦੀ ਸਜ਼ਾ ਪ੍ਰਮਾਤਮਾ ਨੇ ਮੈਨੂੰ ਦੇ ਦਿੱਤੀ ਹੈ ਮੇਰੀ ਦੁਕਾਨ ਵਿੱਚ ਚੋਰੀ ਹੋ ਗਈ ਹੈ ਤੇ ਇੱਕ ਸਿਰ ਤੋਂ ਬਿਨਾ লাশ ਪਈ ਹੈ ਮੈਂ ਤੁਹਾਡੇ 500 ਰੁਪਏ ਦੇ ਦਿੰਦਾ ਹਾਂ ਪਰ ਤੁਸੀਂ ਉਸ ਲਾਸ਼ ਨੂੰ ਚੁੱਕ ਕੇ ਕਿਸੇ ਠਿਕਾਣੇ ਲਗਾ ਦਿਓ ਉਸਦੇ ਵੀ 500 ਰੁਪਏ ਹੋਰ ਦੇ ਦਿਆਂਗਾ ਮੂਸਨ ਨੇ ਕਿਹਾ ਮੂਸਨ ਨੇ ਕਿਹਾ ਕਿ ਸਾਨੂੰ ਹੋਰ ਤਾਂ ਦੀ ਲੋੜ ਨਹੀਂ ਹੈ ਇਹ ਕਹਿ ਕੇ ਮੂਸਨ ਨੇ ਸ਼ਾਹੂਕਾਰ ਦੀ ਦੁਕਾਨ ਵਿੱਚੋਂ ਆਪਣੇ ਪੁੱਤਰ ਦਾ ਧੜ ਵੀ ਚੁੱਕ ਲਿਆਂਦਾ ਤੇ ਸਿਰ ਨਾਲ ਹੀ ਮੰਝੇ ਉੱਪਰ ਰੱਖ ਦਿੱਤਾ ਆਪ ਇਸ਼ਨਾਨ ਕਰਕੇ ਸਤਗੁਰਾਂ ਦੇ ਲਈ ਸੰਗਤਾਂ ਨਾਲ ਲੰਗਰ ਤਿਆਰ ਕਰਵਾਉਣ ਲੱਗ ਪਿਆ ਜਦੋਂ ਲੰਗਰ ਤਿਆਰ ਹੋ ਗਿਆ ਉਦੋਂ ਇਹ ਸਤਿਗੁਰਾਂ ਨੂੰ ਬੇਨਤੀ ਕਰਕੇ ਘਰ ਲੈ ਆਇਆ ਸਤਿਗੁਰੂ ਜੀ ਸੰਗਤਾਂ ਦੇ ਸਮੇਤ ਘਰ ਵਿੱਚ ਆ ਗਏ ਸਭ ਸੰਗਤਾਂ ਪੰਗਤਾਂ ਲਾ ਕੇ ਬੈਠ ਗਈਆਂ ਮੂਸਨ ਆਪ ਹੀ ਪਾਣੀ ਲੈ ਕੇ ਸਤਿਗੁਰਾਂ ਦੇ ਹੱਥ ਸੁਚੇ ਕਰਾਉਣ ਲੱਗਾ ਸਤਿਗੁਰਾਂ ਨੇ ਕਿਹਾ ਕਿ ਏ ਮੂਸਨ ਤੇਰਾ ਪੁੱਤਰ ਕਿੱਥੇ ਹੈ ਅਗੋਂ ਮੂਸਨ ਨੇ ਆਖਿਆ ਕਿ ਹੈ ਅਨਤਰਜਾਮੀ ਸਤਿਗੁਰੂ ਜੀ ਉਹ ਅਜੇ ਸੁੱਤਾ ਪਿਆ ਹੈ ਸਤਿਗੁਰਾਂ ਨੇ ਕਿਹਾ ਕਿ ਉਸ ਨੂੰ ਜਗਾ ਕੇ ਲਿਆਓ ਅਗੋਂ ਮੂਸਨ ਨੇ ਭਰੇ ਹੋਏ ਮਨ ਨਾਲ ਕਿਹਾ ਕਿ ਸਤਿਗੁਰੂ ਜੀ ਉਹ ਮੇਰਾ ਜਗਾਇਆ ਹੋਇਆ ਜਾਗ ਨਹੀਂ ਸਕਦਾ ਜਿਸ ਨੀਂਦ ਵਿੱਚ ਉਹ ਸੁੱਤਾ ਪਿਆ ਹੈ ਉੱਥੇ ਆਪ ਜੀ ਦੀ ਹੀ ਆਵਾਜ਼ ਪਹੁੰਚ ਸਕਦੀ ਹੈ ਸਾਧ ਸੰਗਤ ਜੀ ਸਤਿਗੁਰਾਂ ਨੇ ਇਹਨਾਂ ਸਿੱਖਾਂ ਦੇ ਪ੍ਰੇਮ ਨੂੰ ਦੇਖ ਕੇ ਸੰਮਨ ਨੂੰ ਆਵਾਜ਼ ਮਾਰੀ ਕੇ ਪੁੱਤਰ ਸਮਨ ਉਠ ਉਠ ਕੇ ਬਾਹਰ ਆ ਤੇ ਸੰਗਤਾਂ ਨੂੰ ਪ੍ਰਸ਼ਾਦਾ ਛਕਾ ਸਤਿਗੁਰਾਂ ਦੀ ਬਰਕਤ ਵਾਲੀ ਆਵਾਜ਼ ਸੁਣ ਕੇ ਉਹ ਉੱਠ ਕੇ ਬੈਠ ਗਿਆ ਤੇ ਆ ਕੇ ਸਤਿਗੁਰਾਂ ਦੇ ਚਰਨਾਂ ਉੱਪਰ ਨਮਸਕਾਰ ਕੀਤੀ ਫਿਰ ਸਤਿਗੁਰਾਂ ਨੇ ਪ੍ਰਸ਼ਾਦਾ ਛਕਾਇਆ ਤੇ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਇਹਨਾਂ ਦੋਵੇਂ ਪਿਓ ਪੁੱਤਰਾਂ ਨੂੰ ਨੇਹਾਲ ਕੀਤਾ ਦੋਵੇਂ ਪਿਓ ਪੁੱਤਰ ਵਿਰਾਗ ਦੇ ਸਹਿਤ ਹੋ ਕੇ ਸਤਿਗੁਰਾਂ ਦੇ ਚਰਨਾਂ ਨਾਲ ਲਿਪਟ ਗਏ ਜਦੋਂ ਸਤਿਗੁਰਾਂ ਨੇ ਇਹ ਚੋ ਬੋਲੇ ਉਹਨਾਂ ਦੇ ਪ੍ਰਥਾਏ ਉਚਾਰਨ ਕੀਤੇ ਜਾਂ ਜਦੋਂ ਇਹ ਸਾਰੀ ਘਟਨਾ ਵਾਪਰ ਗਈ ਤਾਂ ਮੂਸਾ ਨੇ ਆਪਣੇ ਪੁੱਤਰ ਵੱਲ ਵੇਖ ਕੇ ਸੋਚਿਆ ਕਿ ਮਤਾ ਮੇਰੇ ਪੁੱਤਰ ਨੂੰ ਹੰਕਾਰ ਹੋ ਜਾਵੇ ਕਿ ਮੈਂ ਗੁਰੂ ਨਿਮਿਤ ਆਪਣਾ ਸਿਰ ਦੇ ਦਿੱਤਾ ਸੀ ਇਉਂ ਵਿਚਾਰ ਕਰਕੇ ਆਪਣੇ ਪੁੱਤਰ ਨੂੰ ਸੰਬੋਧਨ ਕਰਕੇ ਜੋ ਬਚਨ ਉਸਨੇ ਕਹੇ ਉਹਨਾਂ ਨੂੰ ਸਤਿਗੁਰੂ ਜੀ ਗੁਰਬਾਣੀ ਦੁਆਰਾ ਉਪਦੇਸ਼ ਰੂਪ ਵਿੱਚ ਕਥਨ ਕਰਦੇ ਹਨ ਜਿਹੜੇ ਚੌ ਬੋਲੇ ਮਹੱਲਾ ਪੰਜਵਾਂ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1363 ਉੱਪਰ ਦਰਜ ਹਨ ਚੌ ਬੋਲੇ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਸੰਮਨ ਜੋ ਇਸ ਪ੍ਰੇਮ ਕੀ ਦਮ ਕੇ ਹੋ ਹੋਤੀ ਸਾਠ 라वण ਹੁਤੇ ਸੋ ਰੰਗ ਨਹਿ जिन सिर दीने प्रीत प्रेम तन खच रह बीच नाराई राई होत चरण कमल मन बेध्यो भूजन सुरत संजोग सागर मेर उद्यान बन नवखंड वसुधा परम मूसन प्रेम पीरम कै गनो एक कर करम मूसन मस्कर प्रेम की रही सो अंबर छाए बिधे बांधे कमल में पवर रहे लपटाए जप तप संजम हर सुख मान महत अर गर्व मुसन निमखक प्रेम पर वार वार देऊ सर्ब मुसन मरम ना जा नई मर्त हर्त संसार प्रेम परम ना भेदियो उर्जियो मिथ व्यवहार कबदा जब जा रही है बिसरत प्रेम बिहाल मूसन तब ही मूसी है बिशरत पुरख दयाल जाको प्रेम सुआव है चरण चितव मन माहे नानक बिर ही ब्रह्म के आन न कतहूँ जाहे लख काटी ऊंचो घणो चंचल चीत बिहाल नीच कीच निमृत घनी करनी कमल जमाल ਕਮਲ ਲਾਨ ਅੰਜਨ ਸਿਆਮ ਚੰਦਰ ਬਦਨ ਚਿਤਚਾਰ ਮੂਸਨ ਮगन ਰਮਸਿਓ ਖੰਡ ਖੰਡ ਕਰ ਹਾਰ ਮगन ਭਇਓ ਪ੍ਰੇਮ ਸਿਓ ਸੋਧਨਾ ਸਿਮਰਤ ਅੰਗ ਪ੍ਰਗਟ ਭਇਓ ਸਭ ਲੋਮਹਿ ਨਾਨਕ ਅਧਮ ਪਤੰਗ ਹੋਇਆ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ